इस वेले दी वड्डी खबर, राइफल साफ करदे समय एक कांस्टेबल तो गोली चली है। गंभीर रूप दे विच खुद कांस्टेबल जख्मी होया। राइफल साफ करदे समय अचानक गोली चली जो कांस्टेबल दे गले दे विच लगी। तां हुण कांस्टेबल नूं हॉस्पिटल दे विच लजाया जा रहा। तस्वीरां तुहाडी स्क्रीन ते ने, किस तरीके दे नाल पुलिस दे अधिकारी मौके ते मौजूद ने और जल्दी जल्दी एम्बूलेंस दे जरिए इस कांस्टेबल नूं हॉस्पिटल दे विच लजाया जा रहा। दसदे कि बठिंडा पुलिस लाइन दे विच तैनात सी एक कांस्टेबल जो राइफल साफ करदा सी, तां उसदे विचों अचानक गोली चली जो खुद कांस्टेबल दे गले ते लगी। पहला इस नूं बठिंडा दे सिविल हॉस्पिटल दे विच लजाया गया पर हुण इस नूं मैक्स हॉस्पिटल दे विच रैफर किया गया और पुलिस दे अधिकारी मौके ते मौजूद ने। राइफल साफ करदे समय इस कांस्टेबल दे गले दे विच गोली लगी। जिस राइफल नूं साफ करदा सी उस दे विचों ही अचानक गोली चली। तां बठिंडा पुलिस लाइन दे विच तैनात सी इह पुलिस दा मुलाजम कांस्टेबल, जिस दे वल्लों राइफल साफ कीती जा रही सी उसकी गोली इस दे गले दे विच लगी। तां बठिंडा दे सिविल हॉस्पिटल तों हुण इस नूं मैक्स हॉस्पिटल दे विच रैफर किया गया। ਸਾਡੇ ਕੋਲੇ ਇੱਕ ਪੁਲਿਸ ਲਾਈਨ ਰਿਜ਼ਰਵ ਨੰਬਰ 1 ਦੇ ਵਿੱਚ ਅਮਨਪ੍ਰੀਤ ਨਾਂ ਦਾ ਲੜਕਾ ਜਿਹੜਾ ਸਾਡਾ ਮੁਲਾਜ਼ਮ ਸੀਗਾ, ਔਰ ਉਹ ਸਵੇਰ ਆਪਣੀ ਡਿਊਟੀ ਵਾਸਤੇ ਕੋਟਾ ਚੋਂ ਰੈਫਰ ਲੈ ਕੇ ਤੇ ਉਹਨੂੰ ਜਨਰਲੀ ਚੈੱਕ ਹੀ ਕਰ ਰਿਹਾ ਸੀ। ਐਕਸੀਡੈਂਟਲੀ ਫਾਇਰ ਹੋਇਆ ਤੇ ਇੰਜਰਡ ਹੋ ਗਿਆ। ਅਸੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਇੱਥੇ ਐਡਮਿਟ ਕਰਾਇਆ ਤੇ ਗਿਰਿਆ ਲਾ ਗਿਆ। ਰੈਂਕ ਕੀ ਹੈ ਜੀ? ਕਾਂਸਟੇਬਲ ਹੈ ਸਰ। ਹਾਲਾਤ ਕੀ ਨੇ? ਠੀਕ ਹੈ ਜੀ, ਬੋਲ ਰਿਹਾ ਕੌਂਸਸ ਦੇ ਵਿੱਚ ਔਰ ਡਾਕਟਰ ਆਪਣਾ ਇਲਾਜ ਕਰ ਰਹੇ ਨੇ। ਠੀਕ ਹੈ। ਇਸ ਵੇਲੇ ਦੀ ਵੱਡੀ ਖਬਰ, ਰਾਈਫਲ ਸਾਫ ਕਰਦੇ ਸਮੇਂ ਇੱਕ ਕਾਂਸਟੇਬਲ ਤੋਂ ਗੋਲੀ ਚੱਲੀ ਹੈ। ਗੰਭੀਰ ਰੂਪ ਦੇ ਵਿੱਚ ਖੁਦ ਕਾਂਸਟੇਬਲ ਜ਼ਖਮੀ ਹੋਇਆ। ਰਾਈਫਲ ਸਾਫ ਕਰਦੇ ਸਮੇਂ ਅਚਾਨਕ ਗੋਲੀ ਚੱਲੀ ਜੋ ਕਾਂਸਟੇਬਲ ਦੇ ਗਲੇ ਦੇ ਵਿੱਚ ਲੱਗੀ। ਤਾਂ ਹੁਣ ਕਾਂਸਟੇਬਲ ਨੂੰ ਹਸਪੀਟਲ ਦੇ ਵਿੱਚ ਲਜਾਇਆ ਜਾ ਰਿਹਾ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ, ਕਿਸ ਤਰੀਕੇ ਦੇ ਨਾਲ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਔਰ ਜਲਦੀ ਜਲਦੀ ਐਂਬੂਲੈਂਸ ਦੇ ਜ਼ਰੀਏ ਇਸ ਕਾਂਸਟੇਬਲ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਜਾ ਰਿਹਾ। ਦੱਸਦੇ ਕਿ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਤੈਨਾਤ ਸੀ ਇੱਕ ਕਾਂਸਟੇਬਲ ਜੋ ਰਾਈਫਲ ਸਾਫ ਕਰਦਾ ਸੀ, ਤਾਂ ਉਸਦੇ ਵਿੱਚੋਂ ਅਚਾਨਕ ਗੋਲੀ ਚੱਲੀ ਜੋ ਖੁਦ ਕਾਂਸਟੇਬਲ ਦੇ ਗਲੇ ਤੇ ਲੱਗੀ। ਪਹਿਲਾਂ ਇਸ ਨੂੰ ਬਠਿੰਡਾ ਦੇ ਸਿਵਲ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਪਰ ਹੁਣ ਇਸ ਨੂੰ ਮੈਕਸ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ ਔਰ ਪੁਲਿਸ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ। ਰਾਈਫਲ ਸਾਫ ਕਰਦੇ ਸਮੇਂ ਇਸ ਕਾਂਸਟੇਬਲ ਦੇ ਗਲੇ ਦੇ ਵਿੱਚ ਗੋਲੀ ਲੱਗੀ। ਜਿਸ ਰਾਈਫਲ ਨੂੰ ਸਾਫ ਕਰਦਾ ਸੀ ਉਸ ਦੇ ਵਿੱਚੋਂ ਹੀ ਅਚਾਨਕ ਗੋਲੀ ਚੱਲੀ। ਤਾਂ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਤੈਨਾਤ ਸੀ ਇਹ ਪੁਲਿਸ ਦਾ ਮੁਲਾਜ਼ਮ ਕਾਂਸਟੇਬਲ, ਜਿਸ ਦੇ ਵੱਲੋਂ ਰਾਈਫਲ ਸਾਫ ਕੀਤੀ ਜਾ ਰਹੀ ਸੀ ਉਸਦੀ ਗੋਲੀ ਇਸ ਦੇ ਗਲੇ ਦੇ ਵਿੱਚ ਲੱਗੀ। ਤਾਂ ਬਠਿੰਡਾ ਦੇ ਸਿਵਲ ਹਸਪੀਟਲ ਤੋਂ ਹੁਣ ਇਸ ਨੂੰ ਮੈਕਸ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ। ਸਾਡੇ ਕੋਲੇ ਇੱਕ ਪੁਲਿਸ ਲਾਈਨ ਰਿਜ਼ਰਵ ਨੰਬਰ 1 ਦੇ ਵਿੱਚ ਅਮਨਪ੍ਰੀਤ ਨਾਂ ਦਾ ਲੜਕਾ ਜਿਹੜਾ ਸਾਡਾ ਮੁਲਾਜ਼ਮ ਸੀਗਾ, ਔਰ ਉਹ ਸਵੇਰ ਆਪਣੀ ਡਿਊਟੀ ਵਾਸਤੇ ਕੋਟਾ ਚੋਂ ਰੈਫਰ ਲੈ ਕੇ ਤੇ ਉਹਨੂੰ ਜਨਰਲੀ ਚੈੱਕ ਹੀ ਕਰ ਰਿਹਾ ਸੀ। ਐਕਸੀਡੈਂਟਲੀ ਫਾਇਰ ਹੋਇਆ ਤੇ ਇੰਜਰਡ ਹੋ ਗਿਆ। ਅਸੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਇੱਥੇ ਐਡਮਿਟ ਕਰਾਇਆ ਤੇ ਗਿਰਿਆ ਲਾ ਗਿਆ। ਰੈਂਕ ਕੀ ਹੈ ਜੀ? ਕਾਂਸਟੇਬਲ ਹੈ ਸਰ। ਹਾਲਾਤ ਕੀ ਨੇ? ਠੀਕ ਹੈ ਜੀ, ਬੋਲ ਰਿਹਾ ਕੌਂਸਸ ਦੇ ਵਿੱਚ ਔਰ ਡਾਕਟਰ ਆਪਣਾ ਇਲਾਜ ਕਰ ਰਹੇ ਨੇ। ਠੀਕ ਹੈ।